ਨਹੀਂ ਜੀ, ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਨਾਮ ਡਿਸਕਸ ਕੀਤੇ ਗਏ ਨੇ ਅਤੇ ਥੋੜ੍ਹਾ ਜਿਹਾ ਸਲਾਹ ਮਸ਼ਵਰਾ ਅਤੇ ਵਲੰਟੀਅਰਸ ਨਾਲ ਕੀਤਾ ਜਾ ਰਿਹਾ ਔਰ ਵਲੰਟੀਅਰਸ ਨੂੰ ਟਿਕਟਾਂ ਮਿਲਣਗੀਆਂ ਅਤੇ ਅੱਜ ਜਾਂ ਭਲਕ ਦੇ ਵਿੱਚ ਹੀ ਟਿਕਟ ਅਨਾਊਂਸ ਕਰ। ਬਾਕੀ ਪਾਰਟੀਆਂ ਵੀ ਨੇ ਜਿਹੜੀਆਂ ਨੇ ਉਹ ਕੀ ਸੋਚ ਰਹੀਆਂ ਨੇ, ਜਿਹਦੇ ਵੱਡੀਆਂ ਵੱਡੀਆਂ ਪਾਰਟੀਆਂ ਨੇ, ਹਰਸਿਮਰਤ ਕੌਰ ਬਾਦਲ ਹੋ ਗਈ ਜਾਂ ਫਿਰੋਜ਼ਪੁਰ ਵਾਲੀ ਸੀਟ? ਉਹ ਤਾਂ ਫਿਰ ਹਰਸਿਮਰਤ ਕੌਰ ਲਈ ਕੋਈ ਸੇਫ ਸੀਟ ਲੱਭ ਰਹੇ ਨੇ, ਉਹ ਲੱਭ ਨਹੀਂ ਰਹੀ ਪੰਜਾਬ 'ਚੋਂ ਤਾਂ, ਅਤੇ ਪਾਕਿਸਤਾਨ ਵਗੈਰਾ ਚੈੱਕ ਕਰ ਸਕਦੇ ਨੇ, ਗਈ ਤਾਂ ਹੈਗੀ ਸੀ ਪਾਕਿਸਤਾਨ, ਉਹ ਵੀ ਸ਼ਾਇਦ ਉਦੋਂ ਦੇਖ ਕੇ ਆਈ ਹੋਵੇ ਕਿਹੜਾ ਇਲਾਕਾ ਮੈਨੂੰ ਉੱਥੋਂ ਦੇ ਪੰਜਾਬ 'ਚ ਮਿਲਦਾ ਹੋਵੇ। ਅਤੇ ਕਾਂਗਰਸ ਨੇ ਵੀ ਹਜੇ ਤੱਕ ਸੰਗਰੂਰ ਤੋਂ ਸੀਟ ਅਨਾਊਂਸ ਨਹੀਂ ਕੀਤੀ, ਕਹਿੰਦੇ ਮੈਂ ਚੱਲ ਰਹੀ ਹੈ ਵੀ ਕੇਵਲ ਢਿੱਲੋਂ, ਵਿਜੇਂਦਰ ਸਿੰਗਲਾ ਅਤੇ ਭੱਠਲ 'ਚ, ਇਸ ਕਰਕੇ ਮੈਂ ਨਹੀਂ ਕਿ ਮੈਂ ਲੜੂੰਗਾ, ਇਸ ਕਰਕੇ ਕਿ ਮੈਂ ਕਿਉਂ ਲੜਾਂ, ਤੂੰ ਲੜ ਲਾ, ਮੈਂ ਕਿਉਂ ਲੜਾਂ, ਤੂੰ ਲੜ ਲਾ। ਸੋ ਸ਼ਾਇਦ ਪਤਾ ਨਹੀਂ ਕਾਂਗਰਸ ਦਾ ਕੀ ਵਿਚਾਰ, ਸਾਰੇ ਇੱਕ ਦੂਸਰੇ ਦੀ ਵੇਟ ਕਰ ਰਹੇ ਨੇ ਜੀ। ਹਾਂਜੀ, ਸਾਰੀਆਂ ਪਾਰਟੀਆਂ ਜਿਨ੍ਹਾਂ ਨੇ ਵੀ ਉਹ ਇੱਕ ਜਿਹੜੀ ਹਾਈ ਪ੍ਰੋਫਾਈਲ ਸੀਟਾਂ ਨੇ, ਇੱਕ ਦੂਸਰੇ ਦੀ ਵੇਟ ਕਰ ਰਹੇ ਨੇ ਵੀ ਕੌਣ ਪਹਿਲਾਂ ਖੜਾ ਕਰੇ, ਉਸ ਤੋਂ ਬਾਅਦ ਅਸੀਂ ਦੇਖੀਏ। ਨਹੀਂ, ਮੇਰੀ ਟਿਕਟ ਤਾਂ ਕਦੋਂ ਦੀ ਅਨਾਊਂਸ ਹੋਈ ਹੋਈ ਹੈ, ਜਿਹੜੇ ਬਾਕੀ ਕੈਂਡੀਡੇਟ ਨੇ, ਜਿਹੜੇ ਬਾਕੀ ਦੀ ਅਕਾਲੀ ਦਲ ਲਾ ਲਓ ਜਾਂ ਅਕਾਲੀ ਦਲ ਨੂੰ ਤਾਂ 10 ਬੰਦੇ ਨਹੀਂ ਲੱਭ ਰਹੇ ਨਾ। ਅਕਾਲੀ ਦਲ ਦਾ ਹਾਲਾਤ ਇਹ ਨੇ ਕਿ ਸੁਖਬੀਰ ਬਾਦਲ ਜਿਹਦੇ ਘਰ ਜਾਂਦਾ ਅਗਲਾ ਕੁੰਡਾ ਬੰਦ ਕਰ ਲੈਂਦਾ, ਕਿਤੇ ਟਿਕਟ ਜਿਹੜੀ ਹੈ ਨਾ ਉਹ ਕੰਧ ਉੱਤੋਂ ਦੇ ਸਿੱਟ ਜੇ ਕਿਤੇ, ਕਿਉਂਕਿ ਕਰਤੂਤਾਂ ਕਹਿੰਦੇ ਉਹਦੀਆਂ ਨੇ, ਝੱਲਣਾ ਸਾਨੂੰ ਪਊਗਾ। ਸੋ ਉਹ ਤਾਂ 10 ਬੰਦੇ ਨਹੀਂ ਲੱਭ ਰਹੇ ਜੀ, ਉਹ ਤਾਂ ਮਤਲਬ ਮਿੰਨਤਾਂ ਕਰਦਾ ਫਿਰਦਾ ਵੀ ਤਾਇਆ ਜੀ ਤੁਸੀਂ ਲੜ ਲਓ, ਚਾਚਾ ਜੀ ਤੁਸੀਂ ਲੜ ਲਓ, ਕਹਿੰਦੇ ਵੀ ਨਹੀਂ ਨਹੀਂ ਅਸੀਂ ਨਹੀਂ ਲੜਨਾ। ਇੱਥੋਂ ਵੀ ਹਾਲਾਤ, ਸੁਖਦੇਵ ਸਿੰਘ ਢੀਂਡਸੀ ਤਾਂ ਮੈਨੂੰ ਤਾਂ ਇਹ ਪਤਾ ਲੱਗਿਆ ਕਿ ਪਰਮਿੰਦਰ ਟਿਕਟ ਵਾਪਸ ਕਰ ਸਕਦਾ, ਕਿਉਂਕਿ ਉਹ ਹਾਲਾਤ ਇਹ ਨੇ ਕਿ ਉਹ ਦਿੱਲੀ ਤੋਂ ਆਏ ਨਹੀਂ, ਢੀਂਡਸਾ ਸਾਹਿਬ ਉਹਦੇ ਦੇ ਵਧਾਈ ਵੀ ਨਹੀਂ ਦਿੱਤੀ ਉਹਨੇ ਆਪਦੇ ਬੇਟੇ ਨੂੰ। ਸੋ ਆ ਕੇ ਪਰਿਵਾਰਾਂ 'ਚ ਪੁਆੜੇ ਪਾਉਂਦਾ ਫਿਰਦਾ ਸੁਖਬੀਰ ਬਾਦਲ, ਉਹ ਕਹਿੰਦਾ ਮੈਂ ਆਪਦੇ ਪਿਤਾ ਜੀ ਤਾਂ ਮੰਨਦਾ ਨਹੀਂ, ਅਤੇ ਹੁਣ ਤਾਂ ਪਿਤਾ ਵੀ ਨਹੀਂ ਮੰਨਦਾ, ਉਹ ਤਾਂ ਪਿਤਾ ਸਮਾਨ ਹੀ ਕਹਿੰਦਾ, ਅਤੇ ਕਹਿੰਦਾ ਲੋਕਾਂ ਦੇ ਵੀ ਤੁਸੀਂ ਵੀ ਨਾ ਮੰਨੋ, ਪਰਿਵਾਰਾਂ 'ਚ ਪੁਆੜੇ ਪਵਾਏ ਪਏ ਨੇ। ਅਸੀਂ ਕੱਲ੍ਹ ਇਲੈਕਸ਼ਨ ਕਮਿਸ਼ਨ ਕੋਲ ਜਾ ਕੇ ਆਏ ਹਾਂ ਕਿ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ। ਕੁੰਵਰ ਵਿਜੇ ਪ੍ਰਤਾਪ ਇਮਾਨਦਾਰ ਅਫਸਰ ਹੈ, ਇਹ ਸੁਖਬੀਰ ਬਾਦਲ ਨੂੰ ਪੁੱਛ ਕੇ ਹੁਣ SIT ਬਣੂਗੀ ਵੀ ਤੇਰੇ ਵਿਰੁੱਧ ਜਾਂਚ ਕਰਨ ਵਾਸਤੇ ਕੋਈ ਕਿਹਨੂੰ ਲਾਈਏ। ਕਦੇ ਕਹਿੰਦੇ ਜਸਟਿਸ ਰਣਜੀਤ ਸਿੰਘ ਨੂੰ ਮੈਂ ਜੱਜ ਨਹੀਂ ਮੰਨਦਾ, ਕਦੇ ਕਹਿੰਦੇ ਕੁੰਵਰ ਵਿਜੇ ਪ੍ਰਤਾਪ ਨੂੰ ਮੈਂ ਅਫਸਰ ਨਹੀਂ ਮੰਨਦਾ। ਇਹ ਸਾਰੀਆਂ ਇਨਸੀਆਂ ਸੁਖਬੀਰ ਬਾਦਲ ਤੋਂ ਲੈਣੀਆਂ ਪੈ ਕਰਨਗੀਆਂ। ਕੀ ਕਦੇ ਕਿਸੇ ਦੋਸ਼ੀ ਤੋਂ ਪੁੱਛਿਆ ਜਾਂਦਾ ਵੀ ਤੇ ਤੂੰ ਤੇਰਾ ਜਿਹੜਾ ਕੇਸ ਆ ਕਿਹੜੇ ਜੱਜ ਕੋਲ ਚੱਲੇ? ਸੋ ਕੋਈ ਗੱਲ ਨਹੀਂ, ਲੋਕ ਵੀ 19 ਮਈ ਨੂੰ ਕਚਹਿਰੀ ਲਾਉਣਗੇ, ਉਹਦੇ 'ਚ ਇਹਨਾਂ ਨੂੰ ਕੋਈ ਜ਼ਮਾਨਤ ਜਾਂ ਕੋਈ ਨਹੀਂ ਮਿਲਣਾ, ਉਹ 'ਚ ਸਜ਼ਾ ਹੀ ਮਿਲੂਗੀ ਲੋਕਾਂ ਵੱਲੋਂ। ਕਮਿਸ਼ਨ ਦਾ ਫਿਰ 1000 ਰੁਪਈਆ ਕਿਉਂ ਦੇ? ਕੈਪਟਨ ਅਮਰਿੰਦਰ ਸਿੰਘ ਖੁਦ ਚਾਹੁੰਦਾ ਕਿ SIT ਜਿਹੜੀ ਹੈ ਉਹ ਠੰਡੇ ਵਾਸਤੇ 'ਚ ਪਾ ਦੇ ਸਾਰੇ ਕੁਛ ਨੂੰ। ਸੋ ਕੈਪਟਨ ਅਮਰਿੰਦਰ ਸਿੰਘ ਉੱਤੋਂ ਬਿਆਨ ਕੁਛ ਹੋਰ ਦੇ ਜਾਂਦਾ, ਅੰਦਰੋਂ ਆਪਦੇ ਫਰਜ਼ ਨਿਭਾਈ ਜਾਂਦਾ। ਓਕੇ, ਦੇ ਉੱਤੇ ਜਿਹੜੀ ਇੰਗਲੈਂਡ ਨੇ ਮਾਫੀ ਨਹੀਂ ਮੰਗੀ, ਸਿਰਫ ਉਹ ਕੀਤਾ ਗਿਆ? ਦੇਖੋ ਜਲਿਆਂ ਵਾਲੇ ਬਾਗ, ਦੇਖੋ ਇੰਗਲੈਂਡ ਵਾਲੇ ਤਾਂ ਦੁੱਖ ਪ੍ਰਗਟ ਕਰ ਰਹੇ ਨੇ, ਠੀਕ ਹੈ ਨਾ, ਉਹ ਤਾਂ ਉਦੋਂ ਡਿਕਟੇਟਰ ਸੀ, ਰਾਜ ਕਰਦੇ ਸੀ। ਜਦੋਂ ਸੌਵਾਂ ਹੁਣ ਪਰਸੋਂ ਨੂੰ ਜਿਹੜੀ 100 ਸਾਲ ਹੋ ਜਾਣਗੇ, 13 ਅਪ੍ਰੈਲ 1919 ਨੂੰ ਹੋਇਆ ਸੀ, ਹੁਣ 2019 ਆ ਗਏ, ਇੱਥੇ ਬਜੀਠੀਆ ਪਰਿਵਾਰ ਤਾਂ ਮਾਫੀ ਮੰਗ ਲਏ ਨਾ ਕਿ ਅਸੀਂ ਜਨਰਲ ਡਾਇਰ ਨੂੰ ਰੋਟੀ ਖਵਾਈ ਸੀ, ਬਾਅਦ ਜਨਰਲ ਡਾਇਰ ਨੂੰ ਸਰੋਪਾ ਪਵਾਇਆ ਸੀ ਦਰਬਾਰ ਸਾਹਿਬ ਤੋਂ, ਇਹ ਤਾਂ ਮਾਫੀ ਮੰਗ ਲੈਣ। ਤਾਂ ਇਹ ਇੰਡੀਅਨ ਹੋ ਕੇ ਉਹਨਾਂ ਦਾ ਸਾਥ ਕਿਉਂ ਦਿੰਦੇ ਰਹੇ ਫਿਰ? ਇਹ ਪਹਿਲਾਂ ਹੀ ਮਾਫੀ ਮੰਗ ਲੈਣ। ਉਹ ਤਾਂ ਹਜੇ ਵੀ ਕੈਨੇਡਾ ਵਾਲਿਆਂ ਨੇ ਕੰਮ ਕਰਦਾ, ਮਾਰੂ ਦੀ ਮਾਫੀ ਮੰਗ ਲਈ। ਇਹ ਹਜੇ ਵੀ ਇੱਥੇ ਆਪਣੇ ਆਪ ਨੂੰ ਕਹਾਉਂਦੇ ਨੇ ਅਸੀਂ ਪੰਜਾਬ ਦੇ ਹਿੱਤੈਸ਼ੀ, ਕਿਹੜੇ ਪੰਜਾਬ ਦੇ ਹਿੱਤੈਸ਼ੀ? ਮਜੀਠੀਆ ਪਰਿਵਾਰ ਨੂੰ ਮਾਫੀ ਮੰਗਣੀ ਜਿਹੜੀ ਚਾਹੀਦੀ ਹੈ ਪਹਿਲਾਂ। ਤੁਸੀਂ ਇਹ ਦੋਗੇ ਸਪੀਕਰ ਨੂੰ ਜਾਂ ਕੋਈ ਚੀਜ਼ ਦੇ ਲਿਖਤ ਦੇ ਰੂਪ ਦੇ ਵਿੱਚ ਜਾਂ? ਨਹੀਂ, ਇਹ ਮੈਂ ਤਾਂ ਜੇ ਤਾਂ ਦਿੱਤਾ ਹੁਣ ਤੁਹਾਨੂੰ, ਤੁਸੀਂ ਪੁੱਛ ਲਓ ਉਹਨਾਂ ਨੂੰ ਕਿ ਭਗਵੰਤ ਮਾਨ ਨੇ ਐਂ ਕਿਹਾ, ਉਹ ਤੋਂ ਬਾਅਦ ਦੇਖੋ ਕੀ ਕਹਿੰਦੇ ਕਿ ਡਿਨਰ ਕੀਤਾ ਸੀ ਜਾਂ ਨਹੀਂ। ਪਹਿਲਾਂ ਇਹ ਤਾਂ ਮੰਨ ਲੈਣ ਕਿ ਡਿਨਰ ਕੀਤਾ ਸੀ ਅਤੇ ਦਰਬਾਰ ਸਾਹਿਬ ਤੋਂ ਸਰੋਪਾ ਦਵਾਇਆ ਸੀ ਨਾ ਜਨਰਲ ਡਾਇਰ ਨੂੰ, ਇਹ ਤਾਂ ਪੁੱਛ ਲਓ।